ਅੱਜ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ। ਅੱਜ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ ਔਰ ਪੰਜਾਬ ਦੀ ਜਿਹੜੀ ਵੋਟਿੰਗ ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ 'ਚ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ। ਮਤਲਬ 70% ਤੋਂ ਵੀ ਉੱਪਰ, 75 ਤੋਂ ਵੀ ਉੱਪਰ, 80 ਤੋਂ ਵੀ ਉੱਪਰ ਪਰਸੈਂਟੇਜ ਜਿਹੜੀ ਦੇਖੀ ਗਈ ਹੈ। ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ, ਚੇਤਨ ਲੋਕ ਨੇ। ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ। ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ। ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ, ਇੱਕ ਦਿਨ ਗਰਮੀ ਝੱਲ ਲਾਂਗੇ, ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਇਹ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹਨੂੰ ਬਦਲ ਸਕਦੀ ਹੈ। ਕਿਉਂਕਿ ਫਿਰ ਬਾਅਦ 'ਚ 5 ਸਾਲ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆਹ ਸਰਕਾਰ ਆ ਗਈ, ਉਹ ਜਿਹੀ ਸਰਕਾਰ ਆ ਗਈ। ਉਸ ਸਰਕਾਰ ਨੂੰ ਚੁਣਨ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ। ਆਪਣਾ ਮਤ ਦਾ ਅਧਿਕਾਰ, ਮਤਦਾਨ ਕਹਿੰਦੇ ਆ, ਮਤ ਹੋ ਗਿਆ ਅਕਲ, ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣੀ ਮਤ ਜਿਹੜੀ ਆ ਉਹ ਇਸ ਉਮੀਦਵਾਰ ਨੂੰ ਦਾਨ ਕਰਨ ਲੱਗਿਆ ਤਾਂ ਕਿ ਇਹ ਕੰਮ ਕਰੇ, ਸਾਡੇ ਲਈ ਕੰਮ ਕਰੇ। ਸੋ ਚੰਗੇ ਬੰਦਿਆਂ ਨੂੰ ਚੁਣੋ, ਇਹੀ ਕਹੂੰਗਾ ਮੈਂ, ਜਿਹੜੇ ਤੁਹਾਡੇ ਦੁੱਖਾਂ ਸੁੱਖਾਂ 'ਚ ਸਹਾਈ ਹੁੰਦੇ ਹੋਣ, ਤੁਹਾਡੇ ਵਿੱਚ ਰਹਿੰਦੇ ਹੋਣ, ਜਿਨ੍ਹਾਂ ਨੇ ਆਪਣੇ ਪਿੰਡੇ 'ਤੇ ਗਰੀਬੀਆਂ ਹੰਢਾਈਆਂ ਹੋਣ, ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਹੋਣ। ਕਦੋਂ ਜਦੋਂ ਇਹੋ ਜਿਹੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦੇ ਆ ਫਿਰ ਕਾਨੂੰਨ ਵੀ ਅੰਦਰੋਂ ਇਹੋ ਜਿਹੇ ਬਣ ਕੇ ਆਉਂਦੇ ਆ। ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਪਹਿਲਾਂ ਮੇਰੀ ਵੋਟ ਮਾਲ ਨਹੀਂ ਹੁੰਦੀ ਸੀ, ਪਰ ਅਸੀਂ ਸੰਗਰੂਰ ਬਣਾਈ ਹੈ। ਸੋ ਪਹਿਲੀ ਵਾਰ ਮੈਂ ਇੱਥੇ ਵੋਟ ਪਾਉਣ ਆਇਆ ਅਤੇ ਬਾਕੀ ਮੈਨੂੰ ਉਮੀਦ ਹੈ ਕਿ ਭਾਵੇਂ ਸ਼ਹਿਰੀ ਇਲਾਕੇ ਨੇ, ਭਾਵੇਂ ਪੇਂਡੂ ਨੇ, ਭਾਵੇਂ ਕਸਬੇ ਵਾਲੇ ਨੇ, ਪੰਜਾਬ ਦੇ ਵਿੱਚ ਬਹੁਤ ਭਾਰੀ ਵੋਟਿੰਗ ਹੋਊਗੀ ਅਤੇ ਉਸ ਭਾਰੀ ਵੋਟਿੰਗ ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇੱਕ ਇਹੋ ਜਿਹੀ ਜਿਹੜੀ ਕੌਮ ਹੈ, ਪੰਜਾਬ ਦੇ ਇੱਕ ਇਹੋ ਜਿਹੇ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ। ਜੇ ਹਰ ਇਨਕਲਾਬ ਨੂੰ ਲੀਡ ਕਰਨਾ ਜਾਣਦੇ ਨੇ ਤਾਂ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਚਾਹੁੰਦੇ। ਬਿਲਕੁਲ ਬਿਲਕੁਲ, ਕੋਈ ਬਾਤ ਨਹੀਂ, ਪੰਜਾਬੀਓ ਕੇ ਲਈ ਗਰਮੀ ਕੋਈ ਖਾਸ ਐਸੀ ਨਹੀਂ ਮਾਇਨੇ ਰੱਖਤੀ, ਕਿਉਂਕਿ ਹਮ ਲੋਕ ਖੇਤੋਂ ਮੇ ਕਾਮ ਕਰਕੇ ਆਏ ਹੈ। ਹਮ ਲੋਕ 48-50 ਡਿਗਰੀ ਮੇ ਤੋ ਆਮ ਤੌਰ ਪਰ ਹੀ ਘੁੰਮਤੇ ਰਹਤੇ ਹੈ। ਤੋ ਮੇਰੇ ਖਿਆਲ ਮੇ 70% ਸੇ ਜ਼ਿਆਦਾ, 75% ਸੇ ਵੀ ਜ਼ਿਆਦਾ ਵੋਟਿੰਗ ਕੀ ਉਮੀਦ ਹੈ। ਤੋ ਇੱਕ ਘੰਟੇ ਮੇ 10% ਹੋ ਗਈ ਹੈ ਇਸ ਬੂਥ ਪੇ, ਤੋ ਇੱਕ ਘੰਟੇ ਮੇ 10% ਹੋ ਗਈ ਹੈ। ਤੋ ਇਸਕਾ ਮਤਲਬ ਅਗਰ ਥੋੜ੍ਹਾ 1-2 ਵਜੇ ਥੋੜ੍ਹਾ ਸਲੋ ਵੀ ਹੋ ਗਿਆ ਤੋ 4-5 ਵਜੇ ਫਿਰ ਅਪ ਹੋਗਾ, ਤੋ 70-80 ਕੀ ਤਰਫ ਜਾ ਰਿਹਾ ਜੀ। ਹੈ ਜੀ, ਵੋਟ ਕੀ ਕੀਮਤ ਤੋਂ ਜੋ ਮੇਰੇ ਸਾਹਮਣੇ ਲਾਈਨ ਮੇ ਖੜਾ ਉਸਕੀ ਵੀ ਵਹੀ ਹੈ ਨਾ, ਵੋਟਰ ਕਾਰਡ ਤੋਂ ਉਸਕੇ ਪਾਸ ਵੀ ਵਹੀ ਹੈ, ਮੇਰੇ ਪਾਸ ਵੀ ਵਹੀ ਹੈ, ਤੋ ਲਾਈਨ ਮੇ ਲੱਗਣੇ ਮੇ ਕੋਈ ਹਰਜ ਨਹੀਂ ਹੈ। ਵੀ ਪੈਟ ਕਾ ਕੋਈ ਇਸ਼ੂ ਥਾ, ਵੀ ਪੈਟ ਦਾ ਕੋਈ ਇਸ਼ੂ ਸੀਗਾ ਉਹ ਉਹਨਾਂ ਨੇ ਚੇਂਜ ਕਰ ਸਰ। 13 ਦੀਆਂ 13 ਹੌਟ ਨੇ, ਕਿਉਂਕਿ ਦੇਸ਼ ਦੀ ਸਰਕਾਰ ਬਣਾਉਣੀ ਹੈ, ਇਕੱਲੇ ਸੰਗਰੂਰ ਨੇ ਨਹੀਂ, 13 ਦੀਆਂ 13 ਹੌਟ ਨੇ ਔਰ 13 ਦੀਆਂ 13 ਸਾਡੇ ਲਈ ਅੱਜ ਤਾਂ ਵੈਸੇ ਹੀ ਹੌਟ ਡੇ ਹੈ, ਠੀਕ ਹੈ ਨਾ। ਤਾਂ ਫਿਰ ਕੋਈ ਵੀ ਸੀਟ ਕੋਈ ਐਸੇ ਮਾਇਨੇ ਨਹੀਂ ਰੱਖਦੀ ਵੀ ਆਹ ਤਾਂ ਕੋਈ ਗੱਲ ਨਹੀਂ ਤਾਂ ਆ ਗਈ ਜਾਂ ਇਹ 'ਤੇ ਘੱਟ ਮਿਹਨਤ ਕਰੋ। ਮੈਂ 122 ਰੈਲੀਆਂ ਕੀਤੀਆਂ,
ਪਿਛਲੇ 25 ਦਿਨ 'ਚ ਮੈਂ ਕੋਈ ਇਹ ਹਲਕਾ ਨਹੀਂ ਇੱਦਾਂ ਲਿਆ ਕਿ ਨਹੀਂ ਨਹੀਂ ਇੱਥੇ ਤਾਂ ਚਲੋ ਜਿੱਤੇ ਹੀ ਪਏ ਹਾਂ ਜਾਂ ਫਲਾਣਾ ਨੂੰ, ਜਿੰਨਾ ਚਿਰ ਰੀਬਨ 'ਚ ਨਹੀਂ ਵੱਜਦੇ ਉਹਨਾਂ ਚਿਰ ਪਿੱਛੇ ਮੁੜ ਕੇ ਨਹੀਂ ਕਹਿੰਦੇ ਦੇਖਣਾ ਚਾਹੀਦਾ। ਆਪਣੇ ਵੱਲੋਂ ਐਫਰਟ ਕੀਤੀ ਹੈ, ਪੋਜ਼ਿਟਿਵ ਕਮੈਂਟ ਕਰਾਂ ਮੈਂ, ਪੋਜ਼ਿਟਿਵ ਕੰਪੇਨ ਕਰਾਂ ਮੈਂ ਆਪਣੇ ਕੰਮਾਂ ਦੀ, ਮੈਂ ਆਪਣੇ ਬਿਜਲੀ ਦੇ, ਆਪਣੇ ਪਾਣੀ ਦੇ, ਆਪਣੇ ਨੌਕਰੀਆਂ ਦੇ, ਜਿੰਨੇ ਵੀ ਕੰਮ ਕੀਤੇ ਮੈਂ ਉਹਨਾਂ ਦੇ ਨਾਂ 'ਤੇ ਵੋਟ ਮੰਗੀ ਹੈ। ਇੱਕ ਵੀ ਤੁਸੀਂ ਦੇਖ ਲਓਗੇ ਕਿ ਮੇਰੀ ਕੋਈ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲ ਕਿ ਮੇਰੇ ਤੋਂ ਕੋਈ ਲੂਜ਼ ਟਾਕ ਹੋ ਗਈ ਜਾਂ ਮੈਂ ਕੁਛ ਕੋਈ ਗਲਤ ਕਰਤਾ। ਮੈਂ ਬਿਲਕੁਲ ਚੋਣ ਜ਼ਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ। ਜੇ ਕਿਤੇ ਇੱਕ ਦਿਨ 9:50 ਹੋ ਗਏ ਸੀ, ਅਸੀਂ 9:52 'ਤੇ ਬੰਦ ਕਰਤਾ ਸਪੀਕਰ, ਕਿਉਂਕਿ 10 ਵਜੇ ਤੋਂ ਪਹਿਲਾਂ ਖਤਮ ਕਰਨਾ ਹੁੰਦਾ। ਸੋ ਕਦੇ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਚੋਣ ਜ਼ਾਬਤਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਵੀ ਮੈਂ ਇਹੀ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਆਉਣਗੇ, ਤੁਸੀਂ ਤੁਹਾਨੂੰ ਵੀ ਬੇਨਤੀ ਕਰੂੰਗਾ ਕੋਈ ਇਹੋ ਜਿਹਾ ਸਵਾਲ ਨਾ ਪੁੱਛ ਲਿਓ ਕਿਹਨੂੰ ਵੋਟ ਪਾ ਕੇ ਆਇਓ ਜੀ। ਫਿਰ ਉਹ ਤਾਂ ਫਿਰ ਅੱਜ ਸ਼ਾਮ ਤੋਂ ਬਾਅਦ ਤੁਸੀਂ ਐਗਜ਼ਿਟ ਪੋਲ ਕਰੋਗੇ, ਪਰਸੋਂ ਚੌਥੇ ਤੋਂ ਬਾਅਦ ਪਤਾ ਲੱਗ ਜੂਗਾ ਕਿ ਕਿਹਨੇ ਕਿਹਨੂੰ ਪਾਈ ਹੈ। ਸੋ ਬਸ ਮੈਂ ਇਹੀ ਬੇਨਤੀ ਕਰੂੰਗਾ ਕਿ ਵੋਟਿੰਗ ਜ਼ਰੂਰ ਕਰੋ ਔਰ ਪਰਸੈਂਟੇਜ ਜਿਹੜੀ ਪੰਜਾਬ ਦੀ ਉਹ ਦੇਸ਼ ਦੇ ਸਭ ਤੋਂ ਉੱਪਰ ਹੋਣੀ ਚਾਹੀਏ। ਦੇਖੋ ਮੇਰਾ ਲੇਡੀਜ਼ ਨੂੰ ਇਹੀ ਅਪੀਲ ਹੈ ਕਿ ਸਭ ਤੋਂ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ। ਪਹਿਲਾਂ ਯੂਜਲੀ ਸੁਣਨ ਨੂੰ ਆਉਂਦਾ ਕਿ ਲੇਡੀਜ਼ ਦੀ ਪੋਲਿੰਗ ਘੱਟ ਹੋਈ ਹੈ, ਸੋ ਇਸ ਵਾਰ ਲੇਡੀਜ਼ ਗਰਮੀ ਗੁਰਮੀ ਨਾ ਮੰਨਣ ਅਤੇ ਵੱਧ ਤੋਂ ਵੱਧ ਪੋਲਿੰਗ ਆ ਕੇ ਕਰਨ ਅਤੇ ਆਪਾਂ ਵੀ ਇਤਿਹਾਸ ਬਦਲੀਏ, ਸਿਰਜੀਏ, ਆਪਾਂ ਪੂਰਾ ਯੋਗਦਾਨ ਪਾਈਏ ਇੱਕ ਨਵੀਂ ਸਰਕਾਰ ਨੂੰ, ਇੱਕ ਚੰਗੀ ਸਰਕਾਰ ਨੂੰ ਜਿਹੜਾ ਚੁਣੀਏ, ਜਿਹੜਾ ਆਪਣੇ ਲਈ ਕੰਮ ਕਰ ਸਕੇ। ਨਾਲ ਇਹ ਵੀ ਹੈ ਨਾ ਲੇਡੀਜ਼ ਲਈ ਵੋਟ ਪਾਉਣਾ ਜ਼ਰੂਰੀ, ਇਸ ਕਰਕੇ ਵੀ ਜ਼ਿਆਦਾ ਕਿਉਂਕਿ ਸਭ ਤੋਂ ਵੱਧ ਮਹਿੰਗਾਈ ਤੋਂ ਪ੍ਰਭਾਵਿਤ ਲੇਡੀਜ਼ ਹੁੰਦੀਆਂ, ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਰੇਟ ਕੀ ਹੈ, ਚੁੱਲ੍ਹਾ ਚੱਲ ਕਿਵੇਂ ਰਿਹਾ। ਜੈਂਟਸ ਨੇ ਤਾਂ ਆ ਕੇ ਕਹਿ ਦੇਣਾ ਨਾ ਕੀ ਬਣਿਆ ਅੱਜ, ਅਤੇ ਉਹਨੇ ਬਣਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਨਾ। ਸੋ ਲੇਡੀਜ਼ ਨੂੰ ਜ਼ਿਆਦਾ ਮੈਂ ਕਹਿੰਦਾ ਆ ਕੇ ਵੋਟਿੰਗ ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਦੀ ਜਿਹੜੀ ਹੈ ਕਬੀਲਦਾਰੀ ਨੂੰ ਲੀਹ 'ਤੇ ਚਾੜਨ ਲਈ, ਠੀਕ ਹੈ ਨਾ। ਸੋ ਪੋਜ਼ਿਟਿਵ ਵੋਟਿੰਗ ਕਰਨੀ ਚਾਹੀਦੀ ਹੈ ਅਤੇ ਮੈਂ ਇਹੀ ਕਹੂੰ। ਕਿਉਂ ਐਮ ਪੀ ਕਿਉਂ ਨਹੀਂ ਚੁਣਿਆ ਜੀ? ਅੱਛਾ ਨਹੀਂ ਨਹੀਂ ਇਤਿਹਾਸ ਬਦਲਣ ਵਾਸਤੇ ਸੰਗਰੂਰ ਮੰਨਿਆ ਗਿਆ ਜੀ, ਬਦਲੂਗਾ। ਦੇਖੋ ਮੈਂ ਅੱਜ ਕੋਈ ਪੋਲੀਟੀਕਲ ਬਾਤ ਨਹੀਂ ਕਰੂੰਗਾ, ਮੈਂ ਕਹਾਂ ਕੁਛ ਨਹੀਂ ਕਰੂੰਗਾ। ਬਹੁਤ ਬਹੁਤ ਆਪ ਵੀ ਵੋਟ ਡਾਲੀਏ ਪਲੀਜ਼, ਆਪ ਵੀ ਜਹਾਂ ਜਹਾਂ ਵੀ ਵੋਟ ਹੈ ਨਾ, ਕਹੀਂ ਆਪ ਕਵਰੇਜ ਮੇਂ ਮਤ ਰਹਿ ਜਾਈਏ, ਆਪਣੇ ਵੋਟ ਕਰਕੇ ਆਪ ਵੀ ਇਸਤੇਮਾਲ ਕਰੀਏ। ਆ ਜਾਏ ਜਾਏਂਗੇ ਜਾਏਂਗੇ ਉਸ ਵਿੱਚ।